ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰਾਇਆਂ ਵਿਖੇ ਨਬਾਰਡ ਤਹਿਤ ਪ੍ਰਾਪਤ ਗ੍ਰਾਂਟ 17,88,000 ਵਿੱਚੋਂ ਉਸਾਰੇ ਗਏ 3 ਕਮਰਿਆਂ ਦਾ ਉਦਘਾਟਨ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਆਪਣੇ ਘਰ ਕਮਲਾਂ ਨਾਲ ਕੀਤਾ। ਸਕੂਲ ਪਹੁੰਚਣ ਤੇ MP ਚੌਧਰੀ ਸੰਤੋਖ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ MP ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਮੁਫ਼ਤ ਵਿੱਦਿਆ ਦੇਣ ਲਈ ਉਪਰਾਲੇ ਕੀਤੇ ਗਏ ਹਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਵਿੱਚ 158 ਦੇ ਕਰੀਬ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਮੌਕੇ ਸਕੂਲ ਵਿੱਚ ਇਨਡੋਰ ਸਟੇਡੀਅਮ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ DEO ਹਰਿੰਦਰਪਾਲ ਸਿੰਘ ਨੇ ਕਿਹਾ ਕਿ MP ਚੌਧਰੀ ਸੰਤੋਖ ਸਿੰਘ ਦਾ ਧੰਨਵਾਦ ਕਰਦਿਆਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ DEO ਹਰਿੰਦਰਪਾਲ ਸਿੰਘ, ਸਕੂਲ ਪ੍ਰਿੰਸੀਪਲ ਹਰਮਹਿੰਦਰ ਕੌਰ, ਸਤਿੰਦਰਪਾਲ ਸਿੰਘ, ਹਰਜੀਤ ਬਾਵਾ, ਸਕੂਲ ਚੇਅਰਮੈਨ ਹਰਜੀਵਨ ਜੈਨ, ਮੁਨੀਸ਼ ਜੈਨ, ਸੰਜੇ ਅਟਵਾਲ, ਕੌਂਸਲਰ ਰਾਜੀਵ ਪੁੰਜ, ਕੌਂਸਲਰ ਬਲਜਿੰਦਰ ਕਾਲਾ, ਰਾਕੇਸ਼ ਦੁੱਗਲ, ਕੌਂਸਲਰ ਜਸਵਿੰਦਰ ਚਿੰਤਾ, ਹਰਬੰਸ ਮਹਿਮੀ, ਜੀਵਨ ਕੁਮਾਰ, ਅਨਿਲ ਜੋਸ਼ੀ, ਦਾਰਾ ਸਿੰਘ ਰਾਏ, SHO ਗੁਰਾਇਆਂ ਕੇਵਲ ਸਿੰਘ, ਮਾਸਟਰ ਦੇਵਰਾਜ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਸਰਕਾਰੀ ਸੈਕੰਡਰੀ ਸੀਨੀਅਰ ਸੈਕੰਡਰੀ ਸਕੂਲ ਗੁਰਾਇਆਂ ਵਿਖੇ ਲੜਕੀਆਂ ਵਿਖੇ ਅੱਜ 17,88,000 ਦੇ ਗ੍ਰਾਂਟ ਦੇ ਨਾਲ ਜਿਹੜੀ ਕਿ ਨਬਾਰਡ ਤੋਂ ਹਾਸਲ ਹੋ ਕੇ ਇਸ ਸਕੂਲ ਦੀ ਡਿਵੈਲਪਮੈਂਟ ਵਾਸਤੇ ਖਰਚੀ ਹੈ, ਜਿਹਦੇ ਵਿੱਚ 3 ਕਮਰੇ ਬਣਾਏ ਗਏ ਔਰ ਇੱਕ ਸਮਾਰਟ ਕਲਾਸਰੂਮ ਵੀ ਬਣਾਏ ਗਏ। ਉਸ ਦਾ ਅੱਜ ਉਦਘਾਟਨ ਹੋਇਆ ਹੈ। ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਯਤਨ ਹੈ ਕਿ ਜਿਹੜਾ ਐਜੂਕੇਸ਼ਨ ਹੈ ਪੰਜਾਬ ਵਿੱਚ ਉਸਨੂੰ ਪ੍ਰਮੋਟ ਕਰਨਾ ਔਰ ਖਾਸ ਕਰਕੇ ਬਹੁਤ ਵੱਡੀ ਪੱਧਰ 'ਤੇ ਅਸੀਂ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਬਣਾਏ ਔਰ ਜਿਹੜੀ ਨਵੀਂ ਵਿੱਦਿਅਕ ਪੋਲਿਸੀ ਹੈ ਜਿਹੜੀ ਪੰਜਾਬ ਸਰਕਾਰ ਨੇ ਬਣਾਈ ਉਸ ਦੇ ਤਹਿਤ ਬਹੁਤ ਅੱਛੇ ਅੱਛੇ ਪ੍ਰੋਗਰਾਮ ਅਸੀਂ ਲੈ ਕੇ ਔਰ ਖਾਸ ਕਰਕੇ ਜਿਹੜੀਆਂ ਲੜਕੀਆਂ ਦੀ ਐਜੂਕੇਸ਼ਨ ਹੈ ਉਸਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਵੱਡੇ ਵੱਡੇ ਯਤਨ ਕਾਂਗਰਸ ਸਰਕਾਰ ਨੇ ਕੀਤੇ। ਸੋ ਉਸੇ ਕੜੀ ਵਿੱਚ ਅੱਜ ਮੈਂ ਗੁਰਾਇਆਂ ਵਿਖੇ ਇਸ ਸਕੂਲ ਦਾ ਉਦਘਾਟਨ ਕੀਤਾ। ਮੈਂ ਸਮਝਦਾ ਕਿ ਇੰਨੀ ਵੱਡੀ ਗ੍ਰਾਂਟ ਜਿਹੜੀ ਹੈ ਉਸ ਦੇ ਨਾਲ ਇਸ ਸਕੂਲ ਦੀ ਜਿਹੜੀ ਪੈਕ ਹੈ ਉਹ ਵਧੀ ਹੈ। ਪਹਿਲੇ ਹੀ ਸਕੂਲ ਬੜਾ ਸੁੰਦਰ ਹੈ, ਬਹੁਤ ਅੱਛੀ ਬਿਲਡਿੰਗ ਹੈ ਔਰ ਬੜੀ ਮਿਆਰੀ ਵਿੱਦਿਆ ਇੱਥੇ ਦਿੱਤੀ ਜਾਂਦੀ ਹੈ। ਸਮਾਜ ਦੇ ਦਿਨ 'ਤੇ ਗੁਰਾਇਆਂ ਵਾਸੀਆਂ ਨੂੰ ਮੁਬਾਰਕਬਾਦ। ਹਾਂਜੀ ਸਰ ਜੀ, ਹਾਂਜੀ ਸਰ ਜੀ, ਸਰ ਜੀ ਪੁੱਛੋਗੇ ਬੜੇ ਮੁਬਾਰਕ ਸਰ ਜੀ। ਅੱਜ ਦਾ ਸਮਾਗਮ ਹੋਇਆ, ਇਹਦੇ ਬਾਰੇ ਕੀ ਕਹਿਣਾ ਤੁਹਾਨੂੰ? ਅੱਜ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗੁਰਾਇਆਂ ਵਿਖੇ 17,88,000 ਰੁਪਏ ਦੀ ਗ੍ਰਾਂਟ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀ ਉਹਦੇ ਅਧੀਨ 3 ਕਮਰੇ ਜਿਹੜੇ ਉਹ ਸਕੂਲ ਦੇ ਪ੍ਰਿੰਸੀਪਲ ਮੈਡਮ ਵੱਲੋਂ ਬਣਾਏ ਗਏ ਨੇ ਅਤੇ ਉਹਨਾਂ ਕਮਰਿਆਂ ਵਿੱਚ ਸਮਾਰਟ ਕਲਾਸਰੂਮ ਵੀ ਇੱਕ ਬਣਾਇਆ ਗਿਆ ਅਤੇ ਉਹਨਾਂ ਦਾ ਉਦਘਾਟਨ ਜਿਹੜਾ ਅੱਜ ਸਾਡੇ ਮਾਨਯੋਗ MP ਸਾਹਿਬ ਚੌਧਰੀ ਸੰਤੋਖ ਸਿੰਘ ਜੀ ਉਹਨਾਂ ਨੇ ਉਹਦਾ ਉਦਘਾਟਨ ਆਪਣੇ ਘਰ ਕਮਲਾਂ ਨਾਲ ਕੀਤਾ ਹੈਗਾ ਅਤੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਦੇਖ ਕੇ ਸਕੂਲ ਦਾ ਕੈਂਪਸ। ਉਹਨਾਂ ਨੇ ਕਿਹਾ ਕਿ ਬੜਾ ਨੀਟ ਐਂਡ ਕਲੀਨ ਕੈਂਪਸ ਹੈਗਾ। ਇਸ ਤੋਂ ਇਲਾਵਾ ਸਾਡੇ ਜਲੰਧਰ ਜ਼ਿਲ੍ਹੇ ਦੀ ਜੇ ਮੈਂ ਗੱਲ ਕਰਾਂ ਤਾਂ 158 ਸਕੂਲ ਜਿਹੜੇ ਆ ਉਹ ਸਮਾਰਟ ਸਕੂਲ ਬਣ ਚੁੱਕੇ ਆ, ਲਗਭਗ 108 ਸਕੂਲ ਜਿਹੜੇ ਆ ਉਹਨਾਂ 'ਚ ਕੰਮ ਚੱਲ ਰਿਹਾ ਹੈਗਾ। ਅਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜਾ ਜਲੰਧਰ ਹੈਗਾ ਇਹ ਸਮਾਰਟ ਸਿਟੀ ਦੇ ਅੰਦਰ ਆ ਚੁੱਕਾ ਹੈਗਾ ਅਤੇ ਸਮਾਰਟ ਸਿਟੀ ਦੇ ਅਧੀਨ 140 ਸਕੂਲ ਜਿਹੜੇ ਜਲੰਧਰ ਸ਼ਹਿਰ ਦੇ ਕਾਰਪੋਰੇਸ਼ਨ ਦੇ ਵਿੱਚ ਪੈਂਦੇ ਆ, ਸਕੂਲ ਜਿਹੜੇ ਕਾਰਪੋਰੇਸ਼ਨ ਦੇ ਅਧੀਨ ਪੈਂਦੇ ਆ
ਉਹਨਾਂ ਵਿੱਚ ਵੀ ਸਮਾਰਟ ਸਿਟੀ ਦੇ ਅਧੀਨ ਸਮਾਰਟ ਸਕੂਲ ਦਾ ਕੰਮ ਚੱਲ ਰਿਹਾ ਹੈਗਾ। ਤੋਂ ਪੰਜਾਬ ਸਰਕਾਰ ਵੱਲੋਂ ਜਿਹੜੇ ਜਿੰਨੇ ਵੀ ਸਕੂਲ ਨੇ ਪੰਜਾਬ ਦੇ ਜਾਂ ਜ਼ਿਲ੍ਹਾ ਜਲੰਧਰ ਦੇ, ਸਾਰਿਆਂ ਵਿੱਚ ਹੀ ਸਮਾਰਟ ਸਕੂਲ ਦਾ ਕੰਮ ਚੱਲ ਰਿਹਾ ਹੈ। ਅਤੇ ਮੈਨੂੰ ਆਸ ਆ ਕਿ ਆਉਣ ਵਾਲੇ ਇੱਕ ਅੱਧੇ ਸਾਲ 'ਚ ਸਾਡੇ ਸਾਰੇ ਸਕੂਲ ਜਿਹੜੇ ਆ ਇਸ ਸਕੀਮ ਦੇ ਅਧੀਨ ਕਵਰ ਹੋ ਜਾਣਗੇ ਔਰ ਬੱਚਿਆਂ ਨੂੰ ਇੱਥੇ ਮਿਆਰੀ